ਫਾਜ਼ਿਲਕਾ ਦੇ ਵਿੱਚ ਜਿਹੜਾ ਵਿਕਾਸ ਕਰਵਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸੂਬੇ ਸਾਡੀ ਸਰਕਾਰ ਨੇ ਜਿਹੜੇ ਨੀਂਹ ਪੱਥਰ ਰੱਖੇ ਸੀ ਅੱਜ ਅਸੀਂ ਉਦਘਾਟਨ ਸਟੇਡੀਅਮ ਦਾ ਡੀਸੀ ਕੰਪਲੈਕਸ ਦਾ ਵਾਟਰ ਤੇ ਗੇਟ ਦਾ ਔਰ ਉੱਥੇ ਇੱਕ ਹਾਲ ਦਾ ਪੁਲਿਸ ਲਾਈਨ ਦਾ ਇਹ ਅਸੀਂ ਅੱਜ ਮੁਹੂਰਤ ਕੀਤੇ ਹੈ ਤਾਂ ਕਿ ਲੋਕਾਂ ਦੇ ਇਹ ਕੰਮ ਚੀਜ਼ਾਂ ਜਿਹੜੀ ਹੈ ਡਿਵੈਲਪਮੈਂਟ ਦੀ ਆ ਸਕਣ ਅਤੇ ਨਾਲ ਹੀ ਅੱਜ ਜਿਹੜਾ ਨੀਂਹ ਪੱਥਰ ਅਸੀਂ ਰੱਖਣ ਜਾ ਰਹੇ ਹਾਂ 100 ਬੈੱਡ ਦਾ ਹੋਸਪਿਟਲ ਇੱਕ ਕੈਂਸਰ ਹੋਸਪਿਟਲ ਇੱਕ ਟਰਾਮਾ ਸੈਂਟਰ ਜਿਹੜੇ ਤਿੰਨ ਇੱਥੇ ਬਣ ਕੇ ਲੋਕਾਂ ਦੀ ਸੇਵਾ ਵਾਸਤੇ ਤਿਆਰ ਹੋਣਗੇ ਔਰ ਅਸੀਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਅੱਜ ਡਿਸਟ੍ਰਿਕਟ ਫਾਜ਼ਿਲਕਾ ਵਿੱਚ ਜੋ ਡੀਏਸੀ ਕੰਪਲੈਕਸ ਹੈ ਉਸ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਤੇ ਇਹ ਇਸ ਦੀ ਮੰਸ਼ਾ ਇਹ ਹੀ ਹੈ ਕਿ ਜਿੰਨੇ ਵੀ ਲਾਈਨ ਡਿਪਾਰਟਮੈਂਟਸ ਨੇ ਉਹ ਸਾਰੇ ਅੰਡਰ ਵਨ ਰੂਫ ਆ ਜਾਣ ਤਾਂ ਕਿ ਜੋ ਵੀ ਆਮ ਆਦਮੀ ਨੂੰ ਖੱਜਲ ਖੁਆਰੀ ਪਹਿਲਾਂ ਹੁੰਦੀ ਸੀ ਡਿਫਰੈਂਟ ਡਿਫਰੈਂਟ ਆਫਿਸਿਸ ਵਿੱਚ ਜਾਣ ਵਿੱਚ ਉਹ ਨਹੀਂ ਹੋਊਗੀ ਇੱਕ ਹੀ ਰੂਮ ਵਿੱਚ ਸਾਰੀ ਸਹੂਲਤਾਂ ਮਿਲਣਗੇ ਸਾਰੇ ਆਫਿਸਿਸ ਹੋਣਗੇ